ਜੀ ਤੁਸੀਂ ਮੈਨੂੰ ਪਤਾ ਤੁਸੀਂ ਹੀ ਜਾਣਾ ਵਾ। ਓ ਯਾਰ ਮੈਂ ਨਹੀਂ ਜਾਣਾ ਹੈਗਾ, ਤੇਰੀ ਮਿਹਰਬਾਨੀ ਹੈ। ਇੱਕ ਵਾਰੀ ਮੈਂ ਬਿਸਮਿਲ੍ਲਾ ਨੇ ਕੀਤੀ ਨਾ ਸਤਾ ਸਾਨੂੰ। ਦੇਖੋ ਮੈਂ ਚਾਹਨਾ ਜਿੰਨਾ ਕ ਤੁਸੀਂ ਇੱਥੇ ਖਿਜਣ ਡਏ ਨਾ, ਜਿੰਨਾ ਕ ਜਾ ਕੇ ਤੁਸੀਂ ਮੇਰੇ ਘਰ ਦੇ ਅੱਗੇ ਖਿਜਣਾ। ਘਰ ਅੱਗੇ ਮੈਂ ਖਿਜਾਂ? ਉਹ ਮੇਰਾ ਖੂਨਾ ਖੋਲ ਦੇਣ ਨਾ, ਮੈਂ ਉਹਨਾਂ ਦੇ ਰਿਸ਼ਤੇਦਾਰ ਨਾ, ਮੈਂ ਲੈਣਾ ਨਾ ਦੇਣਾ ਹੈ। ਚੱਲ ਮੇਰਾ ਵੀਰ ਆਇਆ ਨੂੰ ਚੱਲ ਚੱਲ ਨਹੀਂ ਮਿਲਦਾ ਭਾਈ, ਚੱਲ ਨਹੀਂ। ਮੈਨੂੰ ਪਤਾ ਤੁਸੀਂ ਜਾਣਾ, ਉਹ ਨਹੀਂ ਜਾਣਾ। ਕਿਹੜੀ ਬੁਲਾ ਦੇ, ਕੀ ਗੱਲ ਹੈ? ਬੰਦਾ ਮੇਰੇ ਲਾ ਰਿਹਾ ਸੀ, ਉਹਨੂੰ ਖਿੱਚ ਕੇ ਤੂੰ ਲੈ ਗਿਆ। ਉਹ ਭਾਜੀ ਕਿਰਾਇਆ ਇਕੱਠਾ ਕਰਨਾ ਹੈਗਾ। ਮਰਜ਼ੀ ਹੈ ਤੇਰੀ, ਇਹਦੇ ਫਿਰ ਤੂੰ ਕਹਿੰਦਾ ਹੁੰਦਾ ਮੇਰੇ ਨਾਲ ਰਿਕਸ਼ਾ ਘਲਾ ਰਿਹਾ, ਘਰ ਇਕੱਠੇ ਚਲਾਵਾਂਗੇ। ਬੰਦੇ ਤੂੰ ਖਿੱਚਦਾ ਭਾਈ, ਮਰਜ਼ੀ ਹੈ ਤੇਰੀ। ਉਹ ਭਾਜੀ ਗਾਹਕ ਜਿਹੜਾ ਵੀ ਆਇਆ ਨਾ, ਦੋ ਫਿਰ ਮੈਨੂੰ ਹੋਰ ਲਾ ਲੈਂਦੇ ਹੋ, ਮੇਰਾ ਕਿਰਾਇਆ ਪੂਰਾ ਆ ਜਾਏਗਾ, ਫਿਰ ਤੁਸੀਂ ਲਾ ਲਿਓ। ਤੇਰਾ ਤਾਂ ਰਿਕਸ਼ਾ ਵੀ ਆਪਣਾ ਵਾ, ਮੈਂ ਤੁਸੀਂ ਭਾਜੀ ਬਿਸਮਿਲ੍ਲਾ ਨੀ ਕੀਤੀ, ਮੈਂ ਤਾਂ ਤਰੀਕ ਵੀ ਦੇਣੀ ਇਹਦੀ ਜਾ ਕੇ। ਭਾਜੀ ਕੋਈ ਗੱਲ ਨੀ, ਤੁਸੀਂ ਕੱਲ ਨੂੰ ਦੇ ਲਿਓ। ਲੈ ਕੱਲ ਨੂੰ ਮੰਨਦਾ ਅਗਲਾ, ਉਹਨੇ ਕਹਿੰਦਾ ਰਿਕਸ਼ਾ ਉੱਥੇ ਲਾ ਦੇ ਸਟੈਂਡ ਤੇ, ਉਹ ਨਹੀਂ ਮੰਨਦਾ। ਕਿਰਾਇਆ ਦੇਣਾ ਹੈਗਾ ਯਾਰ, ਉਹ ਚਿੜਾ ਬੜਾ ਜ਼ਾਲਮ ਬੰਦਾ ਜੀ ਫੌਜੀ, ਮੈਂ ਤੈਨੂੰ ਕਹਿਤਾ ਚਿੜਾ ਮਸੂਮੋ ਹੀ ਚੰਗਾ ਲੱਗਦਾ, ਉਹ ਬਹੁਤ ਜ਼ਾਲਮ ਬੰਦਾ ਜੀ। ਉਹ ਭਾਜੀ ਕਿਰਾਇਆ ਦੇਣਾ, ਮੇਰਾ ਮਾਲਕ ਮਕਾਨ ਬਹੁਤ ਸਖਤ ਹੈਗਾ। ਮੇਰਾ ਰਿਕਸ਼ਾ ਮਾਲਕ ਬਹੁਤ ਸਖਤ ਹੈਗਾ। ਉਹ ਭਾਈ ਮੀਟਰ ਲਾਤੀ ਆਣਾ ਹੈਗਾ ਘਰ ਦਾ, ਲੱਦਣ ਦੇ ਮੀਟਰ ਦੇ ਫੋਰੀ ਮੰਗਾ ਲੈਣਾ ਵਾ ਯਾਰ। ਤੂੰ ਦੇਖਦਾ ਦਿਹਾੜੀ ਲਾਉਣਾ ਨਾ, ਚਾਹ ਮੰਗਾ ਲੈਣਾ ਨਾ ਯਾਰ, ਤੂੰ ਤੇ ਭਰਾ ਵਾ ਆਪਣਾ। ਅੱਛਾ ਤੇ ਤੂੰ ਮੇਰਾ ਭਰਾ ਨਹੀਂ ਯਾਰ, ਮੈਂ ਹੀ ਭਰਾ ਵਾ। ਨਾ ਤੂੰ ਨਹਾਉਣਾ, ਨਾ ਤੇਰਾ ਸਾਬਣ ਦਾ ਖਰਚਾ, ਨਾ ਤੇਰਾ ਕਰੀਮ ਦਾ ਖਰਚਾ, ਨਾ ਤੇਰੇ ਮੂੰਹ ਦੇ ਉੱਤੇ ਕੁਛ ਲੱਗਦਾ, ਤੂੰ ਫੇਰ ਚਾਹ ਨੀ ਮੰਗਾਉਂਦੇ। ਉਹ ਭਾਈ ਕੀ ਕਰੀਏ, ਕੀ ਕਰੀਏ, ਉਹ ਬਿੱਲ ਬੜਾ ਆਉਂਦਾ ਯਾਰ। ਉਹ ਬਿੱਲ ਤੈਨੂੰ ਕੱਲੇ ਨੂੰ ਆਉਂਦਾ, ਸਾਨੂੰ ਵੀ ਬਿੱਲ ਆਇਆ। ਉਹ ਨਹੀਂ ਭਾਈ, ਨਹਾਵਾਂਗੇ, ਮੋਟਰ ਚੱਲੇਗੀ, ਬਿੱਲ ਬਣੇਗਾ, ਫਾਇਦਾ ਕੋਈ ਨੀ ਹੈ। ਅਗਲਾ ਦਿੱਤਾ ਨੀ ਜਾਂਦਾ, ਨਵਾਂ ਕਿਸੇ ਦੇ ਯਾਰ ਲਾ, ਬਾਰਿਸ਼ ਪਵਾ ਦੇ, ਇਹ ਤਾਂ ਨਹਾਵੇ ਕਿਤੇ ਜਾਵੇ। ਲੈ ਵੀ ਜੇ ਹੁਣ ਗਾਹਕ ਆਇਆ ਨਾ, ਮੈਂ ਤੇਰੇ ਨੀ ਜਾਣ ਦੇਣਾ ਹੈਗਾ। ਉਹ ਨਹੀਂ ਨਹੀਂ ਯਾਰ, ਆਹੋ ਮੈਂ ਦਿਹਾੜੀ ਲਾ ਲਾਂਗਾ, ਇੱਕ ਫੇਰਾ ਮੇਰਾ। ਉਹ ਤੇਰੇ ਦੇ ਫੇਰੇ ਲਾ ਲਾ ਕੇ ਮੂੰਹ ਦੇ ਬੇਇੱਜ਼ਤੀ ਹਾਲ ਹੋ ਗਏ, ਨਾ ਲਾ ਫੇਰੇ। ਉਹ ਨਹੀਂ ਯਾਰ, ਮੈਂ ਮੇਰਾ ਕਿਰਾਇਆ ਦਾ ਪੂਰਾ। ਮੇਰੀ ਗੱਲ ਸੁਣ, ਮੈਂ ਕੱਲ ਨੂੰ ਘੰਟਾ ਲੇਟ ਆ ਜਾਵਾਂਗਾ, ਮੇਰੇ ਆਉਣ ਤੋਂ ਪਹਿਲੇ ਗਾਹਕ ਤੂੰ ਭੁਗਤਾ ਲਈ, ਇੱਕ ਲਾ ਲੈਂਦੇ ਹਾਂ ਕੀ ਆ। ਚੱਲ ਗਾਹਕ ਆ ਲੈਂਦੇ, ਫਿਰ ਦੇਖ ਲੈ, ਦੁਆ ਕਰ ਕੋਈ ਗਾਹਕ ਚੰਗਾ ਆਵੇ। ਹਾਂ ਤਾਂ ਠੀਕ ਆ ਯਾਰ, ਲੈ ਇਹ ਲੈ ਕੇ ਜਾਣਾ ਆਪਾਂ। ਉਹ ਪਿਛਲਾ ਪੁਰਾਣਾ ਰਕਸ਼ਾ ਵਾ, ਬੰਦਾ ਕਿੱਧਰ ਗਿਆ ਡਰਾਈਵਰ ਜਿਹੜਾ ਹੈਗਾ। ਆਹੋ ਜੀ ਤੇਰੀ ਜਿਹੜਾ ਬੈਠੇ, ਇਹਨਾਂ ਨੂੰ ਪੁੱਛਦੇ ਆ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ। ਹੋਰ ਜਨਾਬ ਠੀਕ ਹੋ? ਕੀ ਹਾਲ ਭਾਜੀ? ਅਲਹਮਦੁਲਿਲਾ, ਤੁਸੀਂ ਸੁਣਾਓ? ਅੱਲਾ ਦਾ ਸ਼ੁਕਰ, ਤੁਸੀਂ ਸੁਣਾਓ ਭਾਜੀ? ਹਾਂਜੀ ਅੱਲਾ ਦੀ ਰਹਿਮਤ ਆ ਜੀ। ਹਾਂਜੀ ਬਸ ਤੁਰੇ ਫਿਰਨ ਡਏ ਆ। ਹਾਂਜੀ ਤੂੰ ਨਾ ਫਿਰਨਾ ਚਾਹੀਦਾ। ਹਾਂਜੀ ਖਿਜਿਆ ਹੋਇਆ ਵਾ ਭਰਾਵਾ। ਕਿਉਂ ਜੀ? ਘਰਦਿਆਂ ਨੇ ਮੇਰੇ ਛੋਟੇ ਭਰਾ ਦਾ ਵਿਆਹ ਰੱਖਤਾ। ਅੱਛਾ। ਉੱਤੋਂ ਮੈਨੂੰ ਕਹਿੰਦਾ ਗੱਡੀਆਂ ਤੂੰ ਕਰਾ ਕੇ ਲਿਆਉਣੀਆਂ। ਸਹੀ। ਮੈਂ ਹੁਣ ਬਰਾਦਰੀ ਵਿੱਚ ਨੱਕ ਵੱਢਣਾ ਉਹਨਾਂ ਦਾ। ਹਾਂ। ਜਿਹੜੇ ਰਕਸ਼ੇ ਤੇ ਲੈ ਕੇ ਜਾਣੇ। ਅੱਛਾ। ਹਾਂ। ਤੇ ਤੁਸੀਂ ਆਏ ਕਾਦੇ ਵਾਸਤੇ ਸਾਡੇ ਕੋਲ ਭਾਂਡੇ? ਭਾਜੀ ਸਿਰਫ ਜਿਹੜਾ ਰਕਸ਼ਾ ਲੈ ਕੇ ਜਾਣਾ ਨਾ, ਮੈਂ ਰਕਸ਼ਾ। ਹਾਂਜੀ। ਉਹਦੇ ਵਿੱਚ ਬਰਾਦਰੀ ਅਸੀਂ ਲੈ ਕੇ ਜਾਣੀ, ਬਰਾਤ ਲੈ ਕੇ। ਅੱਛਾ। ਹਾਂਜੀ। ਕਿ ਬਰਾਦਰੀ ਮਤਲਬ ਲੈ ਲਈਆਂ? ਭਾਜੀ ਲੈ ਲਈਆਂ ਲੈਣੀ ਬਰਾਤ। ਬਰਾਤ ਸ਼ਾਦੀ ਤੁਹਾਡੇ ਭਾਈ ਦਾ ਵਿਆਹ? ਹਾਂਜੀ ਛੋਟੇ ਦਾ। ਛੋਟੇ ਦਾ? ਹਾਂਜੀ। ਤੇ ਕਿਉਂਕਿ ਮੈਨੂੰ ਦੁੱਖ ਹੀ ਇੰਨਾ ਵਾ। ਅੱਛਾ। ਕਿਉਂਕਿ ਮੈਂ ਚਾਹੁੰਦਾ ਕਿ ਜਿੱਥੇ ਉਹਨਾਂ ਦੇ ਨੱਕ ਲੱਥੇ ਉੱਥੇ ਗੱਡੀ ਜਿਹੜੀ ਲੈ ਕੇ ਜਾਵੇ ਉਹਦਾ ਵੀ ਲੱਥੇ। ਯਾਨੀ ਕਿ ਸਾਡਾ ਵੀ ਲੱਥੇ ਨਾਲ? ਜ਼ਾਹਰੀ ਬਾਤ ਆ, ਫਿਰ ਇਦਾਂ ਹੀ ਹੁੰਦੀ ਆ। ਰਕਸ਼ਾ ਆਪਣਾ ਕਿਹੜਾ ਭਲਾ? ਰਕਸ਼ਾ ਇਹੀ ਰਕਸ਼ਾ ਭਾਜੀ ਆਪਣਾ। ਇਹ ਰਕਸ਼ਾ, ਇਹ ਵੀ ਆਪਣਾ ਰਕਸ਼ਾ ਹੈਗਾ, ਇਹ ਮੇਰਾ ਹੈਗਾ ਭਾਜੀ। ਹਾਂ ਆਹ ਫੌਜੀ ਦਾ ਹੈਗਾ, ਫੌਜ ਇਹ ਮੇਰਾ। ਪੈਂਚਰ ਵੀ ਜਲਦੀ ਹੋ ਜਾਂਦਾ, ਇਧਰ ਆਓ ਤੁਸੀਂ। ਆਹੋ। ਇਹ ਰਕਸ਼ਾ ਭਾਜੀ, ਇਹਦਾ ਮੀਟਰ
ਮੀਟਰ ਨੂੰ ਤੁਸੀਂ ਕੀ ਕਰਨਾ ਭਾਜੀ, ਰਕਸ਼ਾ ਵਾ ਤੁਸੀਂ ਇਹਦੇ ਵਿੱਚ ਬਾਹੋ ਬੰਦੇ ਤੇ ਚਲੀਏ, ਬਿੱਲ ਬਹੁਤਾ ਆ ਗਿਆ ਸਰ ਵਾਤਾ ਆ ਬਿੱਲ ਭਾਈ, ਹਕੂਮਤ ਵੇਖ ਲਓ ਕੀ ਕਰ ਰਹੀ ਹੈ। ਇਧਰਲੇ ਪਾਸੇ ਜਾਣਾ ਜਿਹੜਾ ਮਰਜ਼ੀ ਬੁਰੇ ਵਾਲਾ? ਨਹੀਂ ਕਸ਼ਮੀਰ ਵੱਡਾ ਕਸ਼ਮੀਰ, ਵੱਡਾ ਕਸ਼ਮੀਰ ਜਿਹੜਾ ਆਜ਼ਾਦ ਕਸ਼ਮੀਰ ਆ। ਹਾਂਜੀ, ਅੱਲਾ ਤੁਹਾਡਾ ਭਲਾ ਕਰੇ। ਤੇ ਰਕਸ਼ੇ ਤੇ ਜਾਣਾ? ਹਾਂਜੀ ਹਾਂਜੀ। ਤੇ ਤੁਸੀਂ ਜਾਣਾ ਬਰਾਤ ਲੈ ਕੇ? ਮਾਰੀ ਬਾਤ ਆ ਭਾਜੀ, ਮੈਂ ਕਹਿਣਾ ਆਇਆ ਤਾਂ ਮੈਨੂੰ ਕਰਦੇ ਸੀਗੇ ਵੱਡੀਆਂ ਗੱਡੀਆਂ, ਹਾਂ ਏਸੀ ਟਾਈਮ, ਅੱਛਾ ਉਹ ਕਰਾ ਕੇ ਲਿਆਉਣਾ। ਅਤੇ ਉਹ ਕਰਾਉਣਾ ਜਾ ਕੇ ਉਹ ਜਾਣੀਆਂ ਭਾਜੀ ਕਸ਼ਮੀਰ, ਆ ਰਕਸ਼ਾ ਦੇ ਇੱਥੇ ਸਾਡੇ ਸ਼ਹਿਰ ਦੀ ਹਦੂਦ ਤੱਕ ਆ, ਮਤਲਬ ਕਿਤੇ ਤੁਸੀਂ ਖੁਰਲੇ ਵਾਲੇ ਲੈ ਜਾਓ, ਸਾਨੂੰ ਕਿਤੇ ਗੱਡ ਵਾਲੇ ਲੈ ਜਾਓ, ਅਸੀਂ ਉੱਥੇ ਜਾ ਸਕਦੇ ਹਾਂ। ਨਾ ਭਾਜੀ, ਤੁਹਾਨੂੰ ਇਸੇ ਲਈ ਤਾਂ ਲੈ ਕੇ ਜਾਣਾ ਇੱਥੋਂ। ਤੇ ਭਾਜੀ ਅਸੀਂ ਜਾਣ ਨੂੰ ਤਿਆਰ ਆ। ਹਾਂ ਤਾਂ ਚਲੋ ਫਿਰ ਮੇਰੇ ਨਾਲ। ਕਿੱਥੇ? ਕਸ਼ਮੀਰ। ਕਸ਼ਮੀਰ ਭਾਜੀ ਏਡੀ ਦੂਰ ਨਹੀਂ ਜਾਂਦਾ ਰਕਸ਼ਾ। ਉਹ ਯਾਰ ਏਡੀ ਦੂਰ ਕਿਉਂ ਨਹੀਂ ਜਾਂਦਾ, ਇਹ ਕਿਹੜਾ ਟਾਇਰ ਹੈ? ਨਹੀਂ ਟਾਇਰ ਹੈਗੇ ਆ, ਸਾਰਾ ਕੁਝ ਹੈਗਾ, ਮੈਨੂੰ ਲੱਗਦਾ ਤੇਰਾ ਦਿਮਾਗ ਹੈ ਨਹੀਂ। ਭਾਜੀ ਮੇਰਾ ਦਿਮਾਗ ਹੈਗਾ। ਹਾਂਜੀ, ਕਸ਼ਮੀਰ ਜਾਣਾ ਹੁਣ। ਅੱਛਾ, ਤੇ ਬੰਦੇ ਇਹਦੇ ਵਿੱਚ ਕਿੰਨੇ ਕੁ ਬੰਦੇ ਆ? ਇਹਦੇ ਵਿੱਚ 15-20 ਬੈਜ ਨੇ। ਤੁਹਾਡੇ ਬੰਦੇ ਕਿੰਨੇ ਆ? ਮੇਰਾ 150 ਬੰਦਾ ਵਾ। ਬੰਦੇ ਜ਼ਿਆਦਾ ਕਰ ਲਓ, ਉੱਥੇ ਜੰਗ ਲੱਗੀ ਹੈ। ਤੁਹਾਡੀ ਮਿਹਰਬਾਨੀ, ਤੁਹਾਡਾ ਵਾਪਸੀ ਦਾ ਪਤਾ ਕੋਈ ਨਹੀਂ ਹੈਗਾ? ਨਹੀਂ ਭਾਜੀ, ਆਪਾਂ ਇੰਡੀਆ ਨਹੀਂ ਚੱਲੇ, ਆਪਾਂ ਕਸ਼ਮੀਰ ਜਾਣਾ। ਉੱਥੇ ਭਾਈ ਜਾਣਾ ਕਸ਼ਮੀਰ ਤੇ ਜਾ, ਤੇਰੀ ਮਿਹਰਬਾਨੀ ਹੈ। ਤੇਰਾ ਯਾਰ ਮੈਂ ਭਾਜੀ ਤੁਹਾਨੂੰ ਲੈ ਕੇ ਜਾਣਾ, ਨਹੀਂ ਜਾ ਜੀ, ਮੈਂ ਤੁਹਾਨੂੰ ਲੈ ਕੇ ਡੁੱਬੂ ਇੱਥੇ। ਓਏ ਯਾਰ, ਅੱਛਾ ਤੂੰ ਜਾਣਾ ਵਾ? ਜਾਣਾ ਆ, ਫੌਜੀ ਨੂੰ ਲੈ ਜਾ ਯਾਰ। ਨਹੀਂ ਜਾ, ਤੂੰ ਕਹਿੰਦਾ ਸੀ ਨਾ ਮੈਂ ਇੱਕ ਹੋਰ ਫੇਰਾ ਲਾਉਣਾ, ਲਾ ਲਾ ਤੁਸੀਂ ਫੌਜੀ ਲਾ ਲਾ। ਅੱਡਾ ਸਾਨੂੰ ਕਿੱਥੇ ਜਾਣਾ ਭਾਜੀ? ਕਸ਼ਮੀਰ ਜਾਣਾ। ਕਸ਼ਮੀਰ ਪੁਲ ਨੀ, ਕਸ਼ਮੀਰ ਜਾਣਾ ਬਰਾਤ ਲੈ ਕੇ। ਅੱਗੇ ਉਹਨੂੰ ਖੈਮੇ ਜਿੱਥੋਂ ਕੱਢਿਆ ਸੀ ਫੇਰ ਲੈ ਜਾਣਾ। ਭਾਜੀ ਤੁਸੀਂ, ਮੈਨੂੰ ਪਤਾ ਤੁਸੀਂ ਜਾਣਾ ਵਾ। ਯਾਰ ਮੈਂ ਨਹੀਂ ਜਾਣਾ ਹੈਗਾ, ਤੇਰੀ ਮਿਹਰਬਾਨੀ ਹੈ। ਮੈਂ ਇੱਕ ਵਾਰੀ ਮੈਂ ਬਿਸਮਿਲਲਾ ਨੇ ਕੀਤੀ ਨਾ ਸਤਾ ਸਨ। ਦੇਖੋ ਮੈਂ ਚਾਹਨਾ ਜਿੰਨਾ ਕਿ ਤੁਸੀਂ ਇੱਥੇ ਖਿਜਣ ਡਏ ਨਾ, ਇੰਨਾ ਕਿ ਜਾ ਕੇ ਤੁਸੀਂ ਮੇਰੇ ਘਰ ਦੇ ਅੱਗੇ ਖਿਜਣਾ। ਘਰ ਅੱਗੇ ਮੈਂ ਖਿਜਾਂ? ਉਹ ਮੇਰਾ ਖੂਨਾ ਖੋਲ ਦੇਣ, ਨਾ ਮੈਂ ਉਹਨਾਂ ਦੇ ਰਿਸ਼ਤੇਦਾਰ, ਨਾ ਮੈਂ ਲਹਿਣਾ ਨਾ ਦੇਣਾ। ਹੈ ਚੱਲ ਮੇਰਾ ਵੀਰ ਆਇਆ ਨੂੰ, ਚੱਲ ਚੱਲ। ਨਹੀਂ ਬੇਟਾ ਭਾਈ, ਚੱਲ ਨਹੀਂ, ਮੈਨੂੰ ਪਤਾ ਤੁਸੀਂ ਜਾਣਾ। ਉਹ ਨਹੀਂ ਜਾਣਾ, ਜਾਣਾ ਤੁਸੀਂ, ਮੈਨੂੰ ਤੁਹਾਡੀਆਂ ਗੱਲਾਂ ਦੱਸਣ ਦੀਆਂ ਜਾਣਾ। ਉਹ ਭਾਈ ਨਹੀਂ, ਐਵੇਂ ਜਾਣਾ, ਕਿੱਦਾਂ ਲੈ ਜਾਣਾ? ਜੇ ਮੈਂ ਮੰਨਣ ਨਹੀਂ ਦਿੰਦਾ, ਮੈਂ ਨਹੀਂ ਜਾਣਾ ਹੈਗਾ। ਤੁਸੀਂ ਨਾਲ ਦੀ ਗਲੀ ਚ ਘਰ ਆ ਜਿੱਦਾਂ ਮੈਂ ਜਾਣਾ। ਨਾਲ ਦੀ ਕਿਉਂ? ਇੱਥੋਂ ਉੱਠਣਾ ਵਾਪਰ ਦੀ ਸਾਈਡ ਤੋਂ, ਹਾਂ ਤੇ ਕਸ਼ਮੀਰ ਜਾ ਤੁਰਨਾ ਤੂੰ, ਇੱਥੋਂ ਉੱਥੇ ਕਬਰਸਤਾਨ ਪਹੁੰਚ। ਚੱਲ ਮੇਰਾ ਵੀ, ਚੱਲ ਪਾਗਲ ਜਿਹਾ ਆ ਗਿਆ ਭਾਜੀ, ਤੁਸੀਂ ਜਾਣਾ। ਚਲੋ ਉਹ ਮੈਂ ਕਿੱਦਾਂ ਜਾਣਾ? ਨਾ ਨਾ, ਇਹਨਾਂ ਦੀ ਖਿੱਚਣਾ ਉੱਥੇ, ਉਹ ਨਹੀਂ ਜਾਣਾ ਮੈਂ ਕਿ ਯਾਰ ਖਿੱਚਣਾ ਹੀ ਇੰਨਾ ਖਰਚ, ਮੈਨੂੰ ਪਤਾ ਲੱਗ ਗਿਆ ਖਿੱਚਣਾ। ਮੈਂ ਉੱਥੇ ਜਾ ਕੇ ਕਿ ਤੂੰ ਰਕਸ਼ੇ ਵਾਲਾ ਲੈ ਕੇ ਜਾ ਰਿਹਾ ਤੇ ਚੱਲ ਜਾ ਯਾਰ। ਹਾਂ ਅਰੇ ਭਾਈ, ਕਹਿਣ ਦਿਆ ਵਾ ਮੈਨੂੰ, ਨਹੀਂ ਜਾਣਾ ਭਾਜੀ। ਫੜੋ ਭਾਈ ਨੂੰ, ਖਿੱਚੋ। ਤੂੰ ਚੱਲ ਜਾ, ਕਿੱਥੇ ਲੈ ਕੇ ਜਾਣ ਦਿਆ? ਆਹੋ ਕਸ਼ਮੀਰ ਕਹਿਣ ਦਿਆ ਭਾਜੀ। ਚਲੋ ਯਾਰ ਮੇਰੇ ਨਾਲ, ਉਹ ਮੈਂ ਨਹੀਂ ਜਾਣਾ। ਜਾ, ਤੇਰੀ ਮਿਹਰਬਾਨੀ ਵੀਰ, ਜਾ। ਲੋਦੀ ਵੇਖ ਯਾਰ ਕਿਹੋ ਜਿਹਾ ਗਾਹ ਆਉਂਦੇ ਯਾਰ, ਤੂੰ ਨਾ ਵੇਖੀ ਉਹਨੂੰ, ਲੈ ਜਾ ਯਾਰ ਤੂੰ। ਉਹ ਵੇਖਣ ਵਾਲਾ ਹੈ ਹੀ ਨਹੀਂ, ਉਹਨੂੰ ਲੈ ਜਾ ਯਾਰ। ਉਹਨੂੰ ਮੈਂ ਕੀ ਵੇਖਾਂ? ਉਹ ਮੇਰਾ ਰਕਸ਼ਾ ਨਹੀਂ ਜਾਂਦਾ ਉੱਥੇ, ਜਾ ਕੋਈ ਹੋਰ ਗੱਲ ਆ ਮੇਰਾ ਵੀਰ, ਨਾ ਸਤਾ ਯਾਰ। ਯਾਰ ਤੂੰ ਆਪ ਨਹੀਂ ਜਾਂਦਾ, ਮੈਨੂੰ ਰਕਸ਼ਾ ਦੇ ਦੇ। ਉਹ ਰਕਸ਼ਾ ਕਿਉਂ ਦੇ ਦੇ ਤੈਨੂੰ? ਹੈਂ, ਮਾਸੀ ਦਾ ਮੁੰਡਾ ਮੇਰੀ ਦਾ, ਤੂੰ ਚੱਲ ਭੱਜ ਯਾਰ। ਰਕਸ਼ਾ ਦੇ ਦੇ, ਕੁਛ ਵੀ ਦੇਣਾ। ਤੇਰਾ ਵਿਆਹ ਸਹੀ ਨਹੀਂ, ਤੇਰੇ ਘਰ ਦੇ ਕਰ ਰਹੇ ਹੈਗੇ, ਤੇਰਾ ਦਿਮਾਗ ਹੀ ਨਹੀਂ ਹੈਗਾ। ਮੈਂ ਤੈਨੂੰ ਦੱਸਾਂ, ਤੂੰ ਵੀ ਉਹਨਾਂ ਦੇ ਨਾਲ ਰਲ ਗਿਆ। ਉਹਨਾਂ ਦੇ ਨਾਲ ਰਲ ਗਿਆ, ਉਹ ਸਹੀ ਆ ਬੰਦੇ, ਮੈਨੂੰ ਮਿਲਾ ਦੇ ਸੀ ਉਹਨਾਂ ਦੇ ਨਾਲ। ਚੱਲ ਇਸੇ ਕਰਕੇ ਤੈਨੂੰ ਕਹਿਣ ਦੇ। ਚੱਲ ਮੈਂ, ਜਾ ਤੇਰੀ ਮਿਹਰਬਾਨੀ, ਸਤਾਉਣ ਆ ਗਿਆ ਤੂੰ, ਲੈ ਲੈ। ਤੈਨੂੰ ਮੈਂ ਕਹਿਣਾ ਕਸ਼ਮੀਰ ਨਹੀਂ ਜਾਣਾ ਹੈਗਾ। ਪੈਸੇ ਦੱਸ ਕਿੰਨੇ ਲੈਣੇ? ਕਾਹਦੇ? ਜਾਣ ਦੇ। ਜਦੋਂ ਮੈਂ ਜਾਣਾ ਹੀ ਨਹੀਂ, ਕਾਹਦੇ ਪੈਸੇ ਮੰਗਾਂ ਤੇਰੇ ਕੋਲ? ਯਾਰ ਅੱਲਾ ਦੀ ਰਹਿਮਤ ਨਾਲ, ਤੂੰ ਇੱਥੋਂ ਰਕਸ਼ੇ ਤੇ ਜਾਣਾ, ਠੀਕ ਨਾ? ਉਧਰੋਂ ਅਖਬਾਰ ਤੇ ਆ ਜਾਣਾ। ਅਖਬਾਰ ਤੇ ਲਿਆ ਰਿਹਾ ਮੈਨੂੰ, ਚੱਲ ਭੱਜ। ਅਖਬਾਰ ਤੇ ਆ ਰਿਹਾ ਮਾਮਾ, ਛੋਟੇ ਛੋਟੇ ਬੱਚੇ ਆ ਮੇਰੇ, ਮੈਨੂੰ ਅਖਬਾਰ ਤੇ ਲਿਆ ਰਿਹਾ ਤੂੰ? ਯਾਰ ਮੇਰੇ ਛੋਟੇ ਛੋਟੇ ਬੱਚੇ? ਆਹੋ, ਅੱਲਾ ਦੀ ਰਹਿਮਤ ਨਾਲ ਮੈਂ ਪਾ ਲੂੰ। ਤੂੰ ਕੋਈ ਪਾ ਲੂੰ, ਤੂੰ ਮਾਮਾ ਲੱਗਦਾ ਉਹਨਾਂ ਦਾ, ਯਾਰ ਤੂੰ ਪਾ ਲੂੰ। ਚੱਲ ਭੱਜ, ਮੈਂ ਪਾ ਲੂੰ।
ਉਹ ਮੇਰਾ ਭਰਾ ਤੂੰ ਤੂੰ ਗੁੱਸਾ ਕਰਨ ਡਿਆ ਯਾਰ ਚਾਚੇ ਤਾਏ ਭਤੀਜੇ ਪਾਲਦੇ ਨੀ ਓਏ ਯਾਰ ਮੈਂ ਹਲੇ ਜਿੰਦਾ ਹੈਗਾ ਦੁਆ ਕਰ ਯਾਰ ਤੂੰ ਕੀ ਕੰਮ ਕਰਨ ਡਿਆ ਯਾਰ ਅੱਲਾ ਕਰੇ ਤੂੰ ਜਾਵੇਂ ਉਧਰ ਨੂੰ ਕਿਧਰ ਨੂੰ ਉਧਰ ਨੂੰ ਇਧਰ ਕੀ ਯਾਰ ਨਾਲ ਦੀ ਗਲੀ ਜਾ ਘਰ ਇਧਰ ਨੂੰ ਇਧਰ ਨੂੰ ਕਹੀ ਯਾਰ ਕਸ਼ਮੀਰ ਦੀ ਗੱਲ ਹੋਣ ਰਹੀ ਯਾਰ ਮੇਰੇ ਪਾਸ ਨਹੀਂ ਜਾਣਾ ਕਸ਼ਮੀਰ ਮੈਂ ਫਿਰ ਮੈਨੂੰ ਰਕਸ਼ਾ ਦੇ ਦੇ ਰਕਸ਼ਾ ਕੋ ਦੇ ਦੇ ਚੱਲ ਉਧਰੋ ਰਕਸ਼ਾ ਦੇ ਦੇ ਮੈਂ ਤੇ ਕੋ ਕਿਸ਼ਤਾਂ ਦਾ ਲਿਆ ਰੱਖਿਆ ਬਾਰ ਬਾਰ ਉਹਨੂੰ ਫੜਦਾ ਤੂੰ ਜਾ ਕੇ ਮੁੰਡਾ ਤੇਰਾ ਵੱਡਾ ਹੈ ਯਾਰ ਬਾਸ ਦੇ ਬਲੇ ਮੈਨੂੰ ਓਏ ਇਹ ਕਰਨ ਯਾਰ ਰਕਸ਼ਾ ਆ ਤੋੜ ਤੋੜ ਇਹ ਫੌਜੀ ਦਾ ਇਹਨੂੰ ਤੋੜ ਇਹਦਾ ਵਾ ਮੇਰਾ ਉਹ ਵਾ ਉਹ ਤਾਂ ਨਾ ਜਾਈ ਆ ਭਾਈ ਦਾ ਰਕਸ਼ਾ ਆਹੋ ਇਹਨੂੰ ਨਹੀਂ ਜਾਣਾ ਹੈ ਜਿਹਦਾ ਮੂੰਹ ਪਹਿਲੇ ਹੀ ਕਾਲਾ ਹੋਵੇ ਉਹਨੂੰ ਮੈਂ ਕਿੱਥੇ ਲੈ ਕੇ ਜਾਵਾਂ ਆਹ ਇਹ ਲੱਗੇ ਅਸੀਂ ਉਸ ਤੋਂ ਪਹਿਲੇ ਖਾਣੇ ਦੇ ਵੱਡਿਆ ਮਾਰਨ ਯਾਰ ਮੇਰੇ ਭਰਾ ਤੂੰ ਨਾ ਕਰ ਉਹ ਰਕਸ਼ਾ ਮਿੰਦੇ ਦੇ ਤੂੰ ਨਾ ਜਾ ਮੇਰਾ ਵੀਰ ਜਿਹੜੀ ਬਣਦੀ ਠੰਡੀ ਗੱਲ ਆ ਉਹ ਗੱਲ ਸਾਡੇ ਨਾਲ ਪੈਸੇ ਕਿੰਨੇ ਆ ਕਾਹਦੇ ਉੱਥੇ ਜਾਣ ਦੇ ਕਿੱਥੇ ਉੱਥੇ ਕਿੱਥੇ ਕਸ਼ਮੀਰ ਯਾਰ ਉਹ ਤੈਨੂੰ ਕਿਹਾ ਨਹੀਂ ਜਾਣਾ ਸੀ ਕਸ਼ਮੀਰ ਯਾਰ ਪੈਸੇ ਦੱਸ ਜਦ ਜਾਣਾ ਹੀ ਨਹੀਂ ਤੈਨੂੰ ਮੈਂ ਕਾਹਦੇ ਪੈਸੇ ਦੱਸਾਂ ਉਹ ਰਕਸ਼ਾ ਕਾਹਦਾ ਦੇ ਦੇ ਤੈਨੂੰ ਚੋਰੀ ਦਾ ਤੈਨੂੰ ਦੇ ਦੇ ਤੈਨੂੰ ਦੇ ਦੇ ਫਟਾਫਟ ਆਉਣ ਨੂੰ ਭਾਈ ਦਾ ਫਿਰ ਮੈਂ ਕਹਿੰਦਾ ਨਹੀਂ ਜਾਣਾ ਕਸ਼ਮੀਰ ਹਾਂ ਰਕਸ਼ਾ ਕੱਲਾ ਰੋਂਦਾ ਯਾਰ ਤੇਰੇ ਟੁੰਡੇ ਆ ਘਰ ਦੇ ਜਾਂ ਲੰਗੜੇ ਆ ਲੈ ਜਾ ਉਹਨਾਂ ਨੂੰ ਆਪੀ ਹੁਣ ਕਿਤੇ ਤਾਂ ਹੀ ਤੇ ਮੈਂ ਕਹਿੰਦੇ ਦੇ ਚੰਗਾ ਕਰਦੇ ਤੇਰਾ ਵਿਆਹ ਨਹੀਂ ਕਰਦੇ ਮੈਨੂੰ ਕਿਤੇ ਮਿਲਣਾ ਨਾ ਕਸਮੇ ਖੁਦਾ ਦੀ ਮੈਂ ਤੇ ਜਿਹੜਾ ਤੈਨੂੰ ਰਿਸ਼ਤਾ ਦੇਣ ਲੱਗੇ ਮੈਂ ਉਹਨਾਂ ਨੂੰ ਗਾਲਾਂ ਕੱਢਾਂ ਕਸਮਾ ਖਾਵਾਂ ਪਾਵਾਂ ਉਹਨਾਂ ਨੂੰ ਵੀ ਇਹ ਇੰਜ ਨਾ ਦਿਓ ਪਾਗਲ ਬੰਦਾ ਨੂੰ ਚੱਲ ਪਾ ਜਾਓ ਆ ਗਿਆ ਮੰਗਾ ਫੌਜੀ ਚਾਹ ਯਾਰ ਯਾਰ